ਮਾਸ਼ਾਅੱਲਾ ਇਸ ਵੇਲੇ ਮੈਂ ਮੌਜੂਦ ਹਾਂ ਡੱਕੀ ਵਾਲੇ ਮੁਹੱਲੇ ਦੇ ਵਿੱਚ, ਔਰ ਬੜੀ ਜ਼ਬਰਦਸਤ ਪਹਾੜੀ ਬੱਚਿਆਂ ਨੇ ਬਣਾਈ ਸੀ, ਲੇਕਿਨ ਮੇਰੇ ਆਉਣ ਤੋਂ ਪਹਿਲੇ ਹੀ ਉਹਨਾਂ ਨੇ ਕਹਿ ਲਓ ਕਿ ਇਸ ਪਹਾੜੀ ਦਾ ਐਂਡ ਕਰ ਛੜਿਆ। ਅਤੇ ਹੁਣ ਤੁਹਾਨੂੰ ਲੈ ਕੇ ਚੱਲਣੇ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਇਮਾਮ ਬਾਰਗਾਹ ਮੁਹੱਲੇ ਵਾਲੀ ਪਹਾੜੀ ਵਿਖਾਉਂਦੇ ਹਾਂ, ਔਰ ਰਸਤੇ ਦੇ ਵਿੱਚ ਬੱਚਿਆਂ ਨੇ ਇੱਕ ਅੱਧੀ ਪਹਾੜੀ ਬਣਾਈ, ਅਗਰ ਜੇ ਉਹ ਮੌਜੂਦ ਹੋਈ ਤਾਂ ਉਹ ਵੀ ਵਿਖਾਵਾਂਗੇ। ਮਾਸ਼ਾਅੱਲਾ ਇੱਕ ਹੋਰ ਪਹਾੜੀ ਗਲੀ ਦੀ ਨੁੱਕਰ ਉੱਤੇ ਬੱਚੇ ਬਣਾਉਂਦੇ ਨੇ, ਲੇਕਿਨ ਮੇਰੇ ਖਿਆਲ ਨਾਲ ਮੈਂ ਲੇਟ ਹੋ ਗਿਆ, ਜਲੂਸ ਤੋਂ ਫੌਰੀ ਬਾਅਦ ਉਹਨਾਂ ਨੇ ਖਤਮ ਕਰ ਛੜੀਏ। ਹੁਣ ਇਹ ਜਿਹੜਾ ਮੁਹੱਲਾ ਇਮਾਮ ਬਾਰਗਾਹ ਮੁਹੱਲਾ, ਜੈਸਾ ਕਿ ਤੁਸੀਂ ਵੇਖ ਰਹੇ ਹੋ, ਔਰ ਇਮਾਮ ਬਾਰਗਾਹ ਦੇ ਵਿੱਚ ਬੜੀ ਜ਼ਬਰਦਸਤ ਪਹਾੜੀ ਬਣਦੀ ਹੈ, ਉਹਦੀ ਜਿਹੜੀ ਇਹ ਮੰਜ਼ਰਕਸ਼ੀ ਹੁਣ ਤੁਹਾਡੇ ਨਾਲ ਸ਼ੇਅਰ ਕਰਨੇ ਆ। ਇਸ ਵਾਰ ਲੱਗਦਾ ਮੈਂ ਕਾਫੀ ਲੇਟ ਹੋ ਗਿਆ, ਔਰ ਮਾਸ਼ਾਅੱਲਾ ਬੜਾ ਹੀ ਜ਼ਬਰਦਸਤ ਤਰੀਕੇ ਦੇ ਨਾਲ ਪਹਾੜੀ ਨੂੰ ਮੁਜ਼ੱਯਨ ਕੀਤਾ ਗਿਆ, ਸਜਾਇਆ ਗਿਆ, ਜੈਸਾ ਕਿ ਤੁਸੀਂ ਵੇਖ ਸਕਦੇ ਹੋ। ਅਨਫੋਰਚੁਨੇਟਲੀ ਲੇਟ ਹੋਣ ਦੀ ਵਜ੍ਹਾ ਤੋਂ ਬੂਥ ਬੰਗਲਾ ਜਿਹੜਾ ਉਹ ਮੈਂ ਨਹੀਂ ਵਿਖਾ ਪਾਇਆ। ਮਾਸ਼ਾਅੱਲਾ ਬੱਚੇ ਪਹਾੜੀਆਂ ਵੇਖਣ ਆਏ ਨੇ, ਮਾਡਲਸ ਵਗੈਰਾ ਰੱਖੇ ਦੇ ਨੇ, ਬੜੇ ਹੀ ਜ਼ਬਰਦਸਤ ਮਾਸ਼ਾਅੱਲਾ ਮਾਡਲਸ ਜਿਹੜੇ ਨੇ ਰੱਖੇ ਗਏ ਨੇ ਸਾਹਮਣੀ ਦੀਵਾਰ। ਆਜ ਮਿਲਾਦੁਲ ਨਬੀ ਹੈ, ਕਿਆ ਸੁਹਾਨਾ ਨੂਰ ਹੈ, ਆ ਗਿਆ ਵੋ ਨੂਰ ਵਾਲਾ ਜਿਸ ਕਾ ਸਾਰਾ ਨੂਰ ਹੈ। ਮਾਸ਼ਾਅੱਲਾ ਸਨ, ਸੂਰਜ ਔਰ ਮਾਡਲ ਜੈਸਾ ਕਿ ਤੁਸੀਂ ਵੇਖਦੇ ਹੋ ਬੜੇ ਹੀ ਜ਼ਬਰਦਸਤ ਅੰਦਾਜ਼ ਦੇ ਵਿੱਚ ਰੱਖੇ ਗਏ ਇਹਦੇ ਨੇ। ਜਜ਼ਾਕ ਅੱਲਾ ਹੈ, ਜਿਹੜਾ ਕਿ ਤੁਸੀਂ ਸਾਰਾ ਵੇਖ ਰਹੇ ਹੋ। ਮਾਸ਼ਾਅੱਲਾ ਹੁਣ ਤੁਹਾਨੂੰ ਆਖਰੀ ਮਾਡਲ ਵੱਲ ਲੈ ਕੇ ਜਾਂਦੇ ਹਾਂ, ਅਤੇ ਫਿਰ ਇਸ ਤੋਂ ਬਾਅਦ ਇਸ ਮੁਹੱਲੇ ਦੇ ਵਿੱਚ ਜਿੰਨੀਆਂ ਪਹਾੜੀਆਂ ਬਣੀਆਂ ਨੇ ਉਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਦਰਬਾਰ ਸ਼ਰੀਫ ਹਜ਼ਰਤ ਸੈਯਦ ਸਲਾਹਉਦੀਨ ਸਰਕਾਰ ਰਹਿਮਤੁੱਲਾਹ ਅਲੈਹ ਦੇ ਦਾਮਨ ਦੇ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਪਹਾੜੀ ਬਣੀ ਹੈ, ਜਿਹਦੀ ਮੰਜ਼ਰਕਸ਼ੀ ਸਾਰੀ ਦੀ ਸਾਰੀ ਮੈਂ ਤੁਹਾਨੂੰ ਵਿਖਾਉਣ ਜਾ ਰਿਹਾ। ਮਾਸ਼ਾਅੱਲਾ ਜੈਸਾ ਕਿ ਤੁਸੀਂ ਵੇਖ ਰਹੇ ਹੋ, ਪਿੰਡ ਦੀ ਵਾਈਬਸ, ਪਿੰਡ ਦਾ ਮਾਹੌਲ ਬੜੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਪੋਰਟਰੇ ਕੀਤਾ ਗਿਆ ਇਸ ਪਹਾੜੀ ਦੇ ਵਿੱਚ। ਮਾਸ਼ਾਅੱਲਾ ਕੱਚੇ ਮਕਾਨਾਤ ਦੀ ਮੰਜ਼ਰਕਸ਼ੀ ਕੀਤੀ ਗਈ ਹੈ, ਜੈਸਾ ਕਿ ਤੁਸੀਂ ਵੇਖਦੇ ਹੋ ਕਿੱਡਾ ਸੋਹਣਾ ਮਾਹੌਲ ਹੈ। ਮਾਸ਼ਾਅੱਲਾ ਸਾਹਮਣਾ ਜਿਹੜਾ ਮਕਾਨ ਹੈ ਉਹਦੇ ਵਿੱਚ ਟਰੈਕਟਰ ਟਰਾਲੀ ਵੀ ਮੌਜੂਦ ਹੈ, ਘੋੜੇ ਵੀ ਨੇ, ਗੱਡੀ ਵੀ ਹੈ, ਔਰ ਮਾਸ਼ਾਅੱਲਾ ਹਰ ਤਰ੍ਹਾਂ ਦੀਆਂ ਚੀਜ਼ਾਂ ਇਸ ਮਕਾਨ ਦੇ ਵਿੱਚ ਮੌਜੂਦ ਨੇ, ਜੈਸਾ ਕਿ ਤੁਸੀਂ ਵੇਖ ਰਹੇ ਹੋ। ਔਰ ਮਾਸ਼ਾਅੱਲਾ ਬੜੀ ਹੀ ਜ਼ਬਰਦਸਤ ਪਹਾੜੀ ਬੜੀ ਮਿਹਨਤ ਦੇ ਨਾਲ ਬੱਚਿਆਂ ਨੇ ਬਣਾਈ ਹੈ, ਅੱਲਾਹ ਪਾਕ ਇਹਨਾਂ ਦੀ ਮਿਹਨਤ ਨੂੰ ਕਬੂਲ ਫਰਮਾਨ, ਆਮੀਨ। ਔਰ ਮਾਸ਼ਾਅੱਲਾ ਸਾਹਮਣੇ ਵੇਖੋ ਕਿੱਡੇ ਜ਼ਬਰਦਸਤ ਮਾਡਲਸ ਰੱਖੇ ਗਏ ਨੇ, ਜਜ਼ਾਕ ਅੱਲਾ ਹਾਇਰ। ਕਸ਼ਤੀਏ ਨੂੰ ਜੈਸਾ ਕਿ ਤੁਸੀਂ ਵੇਖਦੇ ਪਏ ਹੋ ਉਹਦੀ ਮੰਜ਼ਰਕਸ਼ੀ ਕੀਤੀ ਗਈ ਹੈ, ਸਾਹਮਣੇ ਗਾਰੇ ਸੋਰ ਦੀ ਮੰਜ਼ਰਕਸ਼ੀ ਕੀਤੀ ਗਈ ਹੈ, ਔਰ ਮਾਸ਼ਾਅੱਲਾ ਬੜੇ ਹੀ ਜ਼ਬਰਦਸਤ ਮਾਡਲ ਜ਼ਮੀਨ ਉੱਤੇ ਬੱਚਿਆਂ ਨੇ ਰੱਖੇ ਦੇ ਨੇ, ਔਰ ਇਹ ਸਾਰੀ ਪਹਾੜੀ ਦੀ ਮੰਜ਼ਰਕਸ਼ੀ ਹੈ ਮਾਸ਼ਾਅੱਲਾ। ਔਰ ਮੋਜ਼ਾ ਚਾਂਦ ਕੇ ਦੋ ਟੁਕਰੇ ਇਸ ਸਾਹਮਣੇ ਤੁਹਾਡੇ ਪੋਰਟਰੇ ਕੀਤਾ ਗਿਆ ਹੈ। ਮਾਸ਼ਾਅੱਲਾ ਇਹ ਦਰਬਾਰ ਸ਼ਰੀਫ ਦੀ ਬੈਕ ਸਾਈਡ ਉੱਤੇ ਬੜਾ ਜ਼ਬਰਦਸਤ ਵਿਊ ਹੈ, ਬੜਾ ਜ਼ਬਰਦਸਤ ਮੰਜ਼ਰ ਹੈ, ਜੈਸਾ ਕਿ ਤੁਸੀਂ ਸਾਰੇ ਵੇਖ ਰਹੇ ਹੋ। ਖਾਨਾ ਕਾਬਾ ਦੀ ਮੰਜ਼ਰਕਸ਼ੀ ਕੀਤੀ ਗਈ, ਇੰਤਜ਼ਾਮੀਆ ਬੈਠੀ ਇਸ ਵੇਲੇ ਥੱਕੀ ਹਾਰੀ। ਅਸਲਾਮੁ ਅਲੈਕੁਮ, ਠੀਕ ਹੋ, ਮੁਬਾਰਕ ਹੋਏ, ਬੜੀ ਜ਼ਬਰਦਸਤ ਪਹਾੜੀ ਤੁਸੀਂ ਬਣਾਈਏ, ਅੱਲਾਹ ਪਾਕ ਕਬੂਲ ਫਰਮਾਨ। ਔਰ ਵੇਖੋ ਇਹ ਚੀਜ਼ ਤੁਸੀਂ ਹੁਣ ਆਪ ਹੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸੋ, ਬੱਚਿਆਂ ਨੇ ਕਿਸ ਚੀਜ਼ ਦੀ ਮੰਜ਼ਰਕਸ਼ੀ ਕੀਤੀ ਹੈ, ਕੀ ਚੀਜ਼ ਬਣਾਈ ਹੈ। ਜਜ਼ਾਕ ਅੱਲਾ ਹੈਰ। ਥੋੜ੍ਹਾ ਜਿਹਾ ਮੈਂ ਕਲੋਜ਼ ਜਾ ਕੇ ਤੁਹਾਨੂੰ ਵਿਖਾਵਾਂਗਾ, ਗਾੜੀਆਂ ਵੀ ਕਾਫੀ ਨੇ ਅਲਹਮਦੁਲਿਲਾ।
ਔਰ ਮਾਸ਼ਾਅੱਲਾ ਬੱਚਿਆਂ ਨੇ ਬੜੇ ਜ਼ਬਰਦਸਤ ਅੰਦਾਜ਼ ਦੇ ਵਿੱਚ ਮਾਸ਼ਾਅੱਲਾ ਪਹਾੜੀ ਨੂੰ ਮੁਜ਼ੱਯਨ ਕੀਤਾ, ਸਜਾਇਆ, ਘਰ ਰੱਖੇ ਨੇ ਮਾਸ਼ਾਅੱਲਾ, ਔਰ ਮਿਊਜ਼ੀਸ਼ੀਅਨਸ ਵੀ ਨੇ, ਪੋਕੇਮੋਨ ਸ਼ੀਸ਼ੇ ਦਾ ਘਰ ਜੈਸਾ ਕਿ ਤੁਸੀਂ ਵੇਖਦੇ ਵੀ ਹੋ, ਕਿੱਡਾ ਜ਼ਬਰਦਸਤ ਵੇ ਅਲਹਮਦੁਲਿਲਾ। ਔਰ ਮਾਸ਼ਾਅੱਲਾ ਇਹ ਸਾਰੀ ਪਹਾੜੀ ਦੀ ਮਾਸ਼ਾਅੱਲਾ ਮੰਜ਼ਰਕਸ਼ੀ ਹੈ ਜਿਹੜੀ ਕਿ ਤੁਸੀਂ ਵੇਖ ਰਹੇ ਹੋ। ਜਜ਼ਾਕ ਅੱਲਾ ਹੈ। ਹੁਣ ਇਸ ਹੀ ਕਬਰਿਸਤਾਨ, ਚਿੱਟੀ ਹਾਨਕਾ ਕਬਰਿਸਤਾਨ ਦੇ ਵਿੱਚ ਮੈਂ ਇੱਕ ਹੋਰ ਪਹਾੜੀ ਬਣੀ ਹੈ ਦਰਵਾਜ਼ੇ ਦੀ ਐਂਟਰੈਂਸ ਉੱਤੇ, ਉਹ ਤੁਹਾਨੂੰ ਵਿਖਾਵਾਂਗਾ। ਮਾਸ਼ਾਅੱਲਾ ਦਰਬਾਰ ਸ਼ਰੀਫ ਦੇ ਕੋਲ ਇੱਕ ਹੋਰ ਚਿੱਟੀ ਹਾਨਕਾ ਕਬਰਿਸਤਾਨ ਦੇ ਵਿੱਚ ਇਹ ਪਹਾੜੀ ਬਣੀ ਹੈ ਜਿਹਦੀ ਤੁਸੀਂ ਐਂਟਰੈਂਸ ਮਾਸ਼ਾਅੱਲਾ ਵੇਖਦੇ ਵੀ ਹੋ। ਬੜੀ ਜ਼ਬਰਦਸਤ ਐਂਟਰੈਂਸ ਹੈ ਔਰ ਜਜ਼ਾਕ ਅੱਲਾ ਹੈਰ। ਇਸ ਪਹਾੜੀ ਦਾ ਆਬਸ਼ਾਰ ਜਿਹੜਾ ਉਹ ਤੁਹਾਨੂੰ ਵਿਖਾਉਂਦੇ ਹਾਂ। ਮਾਸ਼ਾਅੱਲਾ ਕਿੱਡਾ ਸੋਹਣਾ ਲੱਗ ਰਿਹਾ ਜੈਸਾ ਕਿ ਤੁਸੀਂ ਵੇਖ ਰਹੇ ਹੋ, ਔਰ ਸਾਹਮਣੇ ਇੰਤਜ਼ਾਮੀਆ ਦੀ ਤਸਵੀਰ ਨੇ, ਔਰ ਬੜਾ ਜ਼ਬਰਦਸਤ ਕੰਮ ਕੀਤਾ ਮਾਸ਼ਾਅੱਲਾ ਇੰਤਜ਼ਾਮੀਆ ਨੇ। ਬੜਾ ਜ਼ਬਰਦਸਤ ਫਲਾਵਰ ਹੈ ਜਿਹੜਾ ਤੁਸੀਂ ਮਾਸ਼ਾਅੱਲਾ ਵੇਖ ਰਹੇ ਹੋ, ਜਿਹਦੀ ਪੋਰਟਰੇ, ਜਿਹਦੀ ਮੰਜ਼ਰਕਸ਼ੀ ਕੀਤੀ ਗਈ ਹੈ ਜ਼ਮੀਨ ਉੱਤੇ। ਜਜ਼ਾਕ ਅੱਲਾ ਹੈਰ। ਆਬਸ਼ਾਰ ਦੇ ਚੱਲਣ ਦਾ ਮੰਜ਼ਰ ਤੁਹਾਡੇ ਸਾਹਮਣੇ ਹੈ ਮਾਸ਼ਾਅੱਲਾ। ਜਜ਼ਾਕ ਅੱਲਾ ਹੈ। ਔਰ ਸਾਹਮਣੇ ਫੂਲ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਵੈਲਕਮ ਸਾਹਮਣੇ ਲਿਖਿਆ, ਯਾ ਅੱਲਾ ਯਾ ਮੁਹੰਮਦ। ਖਾਨਾ ਕਾਬਾ ਦਾ ਮਾਡਲ ਜਿਹੜਾ ਉਹ ਰੱਖਿਆ ਗਿਆ। ਦੂਸਰਾ ਪਿੰਡ ਦਾ ਮਾਹੌਲ, ਪਿੰਡ ਦੇ ਮਾਹੌਲ ਦੀ ਮੰਜ਼ਰਕਸ਼ੀ ਕੀਤੀ ਗਈ ਹੈ। ਤੁਸੀਂ ਸਾਰਾ ਮੁਲਾਹਿਜ਼ਾ ਫਰਮਾ ਰਹੇ ਹੋ ਮਾਸ਼ਾਅੱਲਾ। ਸਾਹਮਣੇ ਹੈਮੇ ਵਗੈਰਾ ਲੱਗੇ ਦੇ ਨੇ। ਥੋੜ੍ਹਾ ਜਿਹਾ ਮੈਂ ਜ਼ੂਮ ਕਰਕੇ ਤੁਹਾਨੂੰ ਉਹਨਾਂ ਦਾ ਵੀ ਮੰਜ਼ਰ ਵਿਖਾ ਦਿੰਦਾ। ਜਜ਼ਾਕ ਅੱਲਾ ਹਾਇਰ। ਔਰ ਇਹ ਤੁਸੀਂ ਸਾਰਾ ਪਿੰਡ ਦਾ ਮਾਹੌਲ ਵੇਖ ਰਹੇ ਹੋ ਮਾਸ਼ਾਅੱਲਾ। ਔਰ ਛੋਟੀਆਂ ਛੋਟੀਆਂ ਜਿਹੜੀਆਂ ਮਾਸ਼ਾਅੱਲਾ ਕੁਲਫੀ ਦੇ ਵਿੱਚ ਸਟਿੱਕਾਂ ਹੁੰਦੀਆਂ ਨੇ, ਉਹਨਾਂ ਦਾ ਇਸਤੇਮਾਲ ਕਰਦਿਆਂ ਹੋਇਆਂ ਇਹ ਸਾਰਾ ਘਰਾਂ ਦਾ ਮੰਜ਼ਰ ਐਰਾਂ ਨੇ ਬਣਾਇਆ। ਦਰੱਖਤਾਂ ਉੱਤੇ ਜਿਹੜੇ ਇਸ ਵੇਲੇ ਮਾਸ਼ਾਅੱਲਾ ਛੋਟੇ ਛੋਟੇ ਬਲਬ ਨਸਬ ਨੇ, ਉਹਨਾਂ ਦੇ ਨਾਲ ਦਰੱਖਤਾਂ ਦੀ ਰੌਣਕ ਜਿਹੜੀ ਹੈ ਉਹ ਦੁਬਾਲਾ ਹੋ ਗਈ ਹੈ। ਜਜ਼ਾਕ ਅੱਲਾ ਹੈ। ਐਨਦਰ ਦੂਸਰੀ ਜਾਨਬ ਤੁਹਾਨੂੰ ਵਿਖਾਉਂਦੇ ਹਾਂ ਮਾਹੌਲ ਕਿੱਡਾ ਜ਼ਬਰਦਸਤ ਮਾਸ਼ਾਅੱਲਾ ਲੱਗ ਰਿਹਾ, ਨਜ਼ਰ ਆ ਰਿਹਾ ਤੁਹਾਨੂੰ। ਬੜਾ ਜ਼ਬਰਦਸਤ ਸੋਹਣੇ ਸੋਹਣੇ ਘਰ ਰੱਖੇ ਦੇ ਨੇ ਬੱਚਿਆਂ ਨੇ ਬਣਾ ਕੇ, ਔਰ ਸਾਹਮਣੀ ਵਾਲ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਡਿਕੋਰ ਕੀਤੀ ਹੈ। ਅਤੇ ਇਹ ਸਾਰੀ ਪਹਾੜੀ ਦਾ ਮੰਜ਼ਰ ਹੈ ਜੈਸਾ ਕਿ ਤੁਸੀਂ ਵੇਖਦੇ ਵੀ ਹੋ। ਅੱਲਾ ਪਾਕ ਇਹਨਾਂ ਬੱਚਿਆਂ ਨੂੰ ਇਸੀ ਤਰ੍ਹਾਂ ਹਰ ਮਿਲਾਦ ਉੱਤੇ ਮਿਹਨਤ ਕਰਨ ਦਾ ਜਜ਼ਬਾ ਅਤਾ ਫਰਮਾਨ। ਆਮੀਨ ਸੁਮਾ ਆਮੀਨ।